ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਪਿੰਡ ਮੁੱਲਾਂਪੁਰ ਚੱਕ 52 JB ਸ਼ਾਂਗਾ ਸਿੰਘ ਅਲੀ। ਸ਼ਾਂਗਾ ਸਿੰਘ ਅਲੀ ਦੇ ਵਿੱਚ ਮੇਰੇ ਦੋਸਤ ਨੇ ਸਰਦਾਰ ਬੂਟਾ ਸਿੰਘ ਜੀ, ਬੂਟਾ ਸਿੰਘ ਦੇ ਜਿਹੜੇ ਅਨਸਿਸਟਰਸ ਨੇ ਸਰਦਾਰ ਕਪੂਰ ਸਿੰਘ, ਸਨ ਆਫ ਲਾਲ ਸਿੰਘ, ਇਹਨਾਂ ਦੇ ਅੱਗੋਂ ਤਿੰਨ ਪੁੱਤਰ ਸਨ, ਸਰਦਾਰ ਦਰਸ਼ਨ ਸਿੰਘ, ਸਰਦਾਰ ਪ੍ਰੀਤੀ ਸਿੰਘ ਅਤੇ ਸਰਦਾਰ ਦਵਿੰਦਰ ਸਿੰਘ। ਔਰ ਇਹਨਾਂ ਦਾ ਘਰ ਸੀ ਬਿਲਕੁਲ ਕੋਲ ਸੀ ਪਿੰਡ ਦੇ ਗੁਰਦੁਆਰੇ ਦੇ, ਔਰ ਇਹਨਾਂ ਦੇ ਘਰ ਦੇ ਲਾਗੇ ਇੱਕ ਜੰਡ ਦਾ ਦਰਖਤ ਹੁੰਦਾ ਸੀ ਜੋ ਕਿ ਸਭ ਕੁਛ ਅਲੋਪ ਹੋ ਚੁੱਕਿਆ। ਔਰ ਇਹਨਾਂ ਦਾ ਇਹਨਾਂ ਦਾ ਜਿਹੜਾ ਮੁਰੱਬਾ ਹੈ ਉਹ ਮੈਂ ਦਿਖਾਵਾਂਗਾ। ਇਹ ਕੁਛ ਆਊਟਸਾਈਡ ਜਿਹੜੇ ਸਾਈਟ ਐਂਡ ਸਾਊਂਡਸ ਜਿਹੜੇ ਨੇ ਪਿੰਡ ਦੇ ਨੇ, ਕਿ ਵੀ ਪਿੰਡ ਦੀ ਜ਼ਿੰਦਗੀ ਅੱਜ ਕੱਲ੍ਹ ਕਿਸ ਤਰ੍ਹਾਂ ਹੈ ਚੱਲ ਰਹੀ ਹੈ ਉਹ ਦਿਖਾਵਾਂਗਾ ਮੈਂ। ਇਹ ਅੱਜ ਦੀ ਢਲਦੀ ਹੋਈ ਸ਼ਾਮ ਜਿਹੜੀ ਹੈ, ਉਹਨਾਂ ਲੋਕਾਂ ਦੇ ਨਾਮ ਜਿਹੜੇ ਕਿ ਇਸ ਇਲਾਕੇ ਨੂੰ ਛੱਡ ਕੇ ਚਲੇ ਗਏ, ਜਾ ਕੇ ਲੁਧਿਆਣੇ ਜਾ ਕੇ ਵੱਸ ਗਏ ਨੇ। ਹੈ ਸਕੂਲ ਦੀ ਬਿਲਡਿੰਗ, ਪਿੰਡ ਮੁੱਲਾਂਪੁਰ ਚੱਕ 52 ਸ਼ਾਂਗਾ ਸਿੰਘ ਵਾਲੀ। ਨਾਲ ਹੀ ਛੋਟੇ ਜਿੰਨਾ ਪਿੰਡ ਦਾ ਬੁਨਿਆਦੀ ਮਰਕਜ਼ ਸਿਹਤ ਯਾਨੀ ਕਿ ਹੈਲਥ ਸੈਂਟਰ ਵੀ ਹੈ, ਹੈਲਥ ਕੇਅਰ ਸੈਂਟਰ ਹੈ। ਮੈਂ ਯਾਦਾਂ ਲੱਭਣ ਵਾਸਤੇ ਅੱਜ ਆਇਆ ਵਾਂ ਸਰਦਾਰ ਬੂਟਾ ਸਿੰਘ ਜੀ ਦੇ ਦਾਦਾ ਜੀ ਦੀਆਂ, ਸਰਦਾਰ ਕਪੂਰ ਸਿੰਘ, ਸਨ ਆਫ ਲਾਲ ਸਿੰਘ। ਔਰ ਇਹ ਨੈਫਿਊ ਸਨ, ਭਤੀਜੇ ਸਨ ਸਰਦਾਰ ਕਰਨੈਲ ਸਿੰਘ, ਜਿਨ੍ਹਾਂ ਦੇ ਅੱਗੇ ਤਿੰਨ ਪੁੱਤਰ ਸਨ, ਸਰਦਾਰ ਦਰਸ਼ਨ ਸਿੰਘ, ਪ੍ਰੀਤੀ ਸਿੰਘ ਔਰ ਦਵਿੰਦਰ ਸਿੰਘ। ਪਿੰਡ ਦਾ ਕਲਚਰ, ਅੱਜ ਕੱਲ੍ਹ ਪਿੰਡ ਦੀ ਸੜਕ ਜਿਹੜੀ ਹੈ ਉਹ ਬਣ ਰਹੀ ਹੈ ਹਲੇ, ਇਸ ਕਰਕੇ ਫਿਰ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਤੁਸੀਂ ਦੇਖ ਰਹੇ ਹੋ ਪਿੰਡ ਸ਼ਾਂਗਾ ਸਿੰਘ ਵਾਲੀ, ਮੌਜੂਦਾ ਨਾਮ ਚੱਕ 52 JB ਮੁੱਲਾਂਪੁਰ।
ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਅਨਸੈਸਟਰਸ ਵਿਲੇਜ ਆਫ ਸਰਦਾਰ ਬੂਟਾ ਸਿੰਘ ਇੱਕ ਮਿੰਟ ਚਲੋ ਤਾਂ ਫਿਰ ਤੁਸੀਂ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।